ਤੇ ਧਰਨਾ ਇਸ ਗੱਲ ਦਾ ਦੁੱਖ ਦੀ ਗੱਲ ਆ ਕਿ ਅੱਜ 6 ਦਿਨ ਹੋ ਗਏ ਰਾਜਵੀਰ ਕੁੜੀ ਸੀ ਜਿਹੜੀ ਰਾਜਦੀਪ ਕੁੜੀ ਸੀ ਜਿਹੜੀ ਉਹ ਉੱਥੋਂ ਬਾਹਰੋਂ ਆਈ ਸੀ ਜੁਆਇਸੇ ਤੋਂ ਉਹਦੀ ਭੇਤਪਰੀ ਦੇ ਹਾਲਤ ਦੇ ਵਿੱਚ ਉਹਦੀ ਮੌਤ ਹੋਈ ਆ ਮੌਤ ਇਦਾਂ ਹੋਈ ਆ ਪਰ ਉਹਦਾ ਬੱਚਾ ਵੀ ਉਹਦੇ ਨਾਲ ਪਿਆ ਸੀ ਰਾਤ ਨੂੰ ਦੇਖੋ ਸਹੁਰਿਆਂ ਨੇ ਕਿੰਨੀ ਪਲਾਨ ਨਾਲ ਬੱਚਾ ਰਾਤ ਨੂੰ 2 ਵਜੇ ਠਾਲ ਕੇ ਕੁੜੀ ਨੂੰ ਮੌਤ ਦੇ ਘਾਟ ਰਿਟਾਰ ਦਿੱਤਾ ਪਰਿਵਾਰ ਤੋਂ ਇਸ ਗੱਲ ਦਾ ਪਤਾ ਲੱਗਾ ਕਿ ਪਹਿਲਾਂ ਇਹਦੇ ਘਰ ਵਾਲੇ ਨੇ ਇਹਦੀ ਬੰਦੀ ਨਹੀਂ ਸੀ ਕੁੜੀ ਦੇ ਨਾਂ ਪਹਿਲਾਂ ਇੰਸ਼ੋਰੈਂਸਾਂ ਕਰਾਈਆਂ ਪੈਸੇ ਪੂਸੇ ਨਾਲ ਜਮਾ ਕਰਾਏ ਹੋਰ ਉਹਦੇ ਨਾਲ ਕਈ ਤਰ੍ਹਾਂ ਦੀਆਂ ਐਫ ਡੀ ਐ ਜਿੱਦਾਂ ਅਸੀਂ ਆਮ ਸੁਣਦੇ ਆਂ ਵੀ ਪੈਸੇ ਦੇ ਲਾਲਚ ਨੂੰ ਉਧਰ ਤਾਂ ਹੁਣ ਕੀਤਾ ਨਹੀਂ ਇਹ ਕੰਮ ਤੇ ਇੱਧਰ ਹੁਣ ਪੈਸੇ ਦੇ ਕੇ ਜਿਹੜਾ ਐਨ ਆਰ ਆਈ ਸੀ ਬਾਹਰ ਇਹਨਾਂ ਦਾ ਜਵਾਈ ਤੇ ਕੁੜੀ ਦਾ ਸਾਫ ਮਰਡਰ ਕਰਾਤਾ ਹੁਣ ਪੁਲਿਸ ਕਹੀ ਜਾਂਦੀ ਆ ਵੀ ਅਸੀਂ 174 ਦੀ ਕਾਰਵਾਈ ਕੀਤੀ ਆ ਮੈਂ ਪੁਲਿਸ ਵਾਲਿਆਂ ਤੋਂ ਡੀ ਐਸ ਪੀ ਸਾਹਿਬ ਤੋਂ ਜਾਂ ਐਸ ਐਚ ਓ ਤੋਂ ਪੁੱਛਣਾ ਜਾਂ ਨਾ ਵੀ 174 ਦੀ ਕਾਰਵਾਈ ਤਾਂ ਹੁੰਦੀ ਜੇ ਨੇਚਰਲ ਹੋਵੇ ਮਾਨਯੋਗ ਸੁਪਰੀਮ ਕੋਰਟ ਦੇ ਹਦੇਤਾ ਆ ਜੇ ਪਰਿਵਾਰ ਬਿਆਨ ਦਿੰਦਾ ਜੇ ਉਹਨਾਂ ਨੂੰ ਲੱਗਦਾ ਕੋਈ ਉਹਨਾਂ ਦੇ ਵਿੱਚ ਕੋਈ ਕਿਸੇ ਦਾ ਵੀ ਮਾਮਲਾ ਕੋਈ ਦਰਜ ਹੋਣ ਦੀ ਹੈਗੀ ਆ ਤਾਂ ਪਹਿਲਾਂ ਉਹਦਾ ਮਾਮਲਾ ਦਰਜ ਕੀਤਾ ਜਾਵੇ ਇਸ ਪੁਲਿਸ ਨੇ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਹਲੇ ਤੱਕ 6 ਦਿਨ ਕੁੜੀ ਅੱਜ ਉਹਦੀ ਦੇਖੋ ਬਾਡੀ ਕਿਦਾਂ ਰੋਲਦੀ ਆ 6 ਦਿਨ ਹੋ ਗਏ ਉਹ ਫ੍ਰੀਜ਼ਰ ਦੇ ਵਿੱਚ ਪਈ ਆ ਇਹਨਾਂ ਦਾ ਹਲੇ ਵੀ ਅੰਦਰ ਦੀ ਆਤਮਾ ਨਹੀਂ ਜਾਗੀ ਮੈਂ ਇਹ ਖਾਸ ਕਰਕੇ ਪ੍ਰਸ਼ਾਸਨ ਨੂੰ ਪੁਲਿਸ ਵਾਲਿਆਂ ਨੂੰ ਕਹਿਣਾ ਚਾਹਨਾ ਪੇ ਤੁਹਾਡੀ ਐਨੀ ਅੰਦਰਲੀ ਆਤਮਾ ਮਰ ਗਈ ਆ ਪੇ ਤੁਸੀਂ ਇੱਕ ਬੰਦਾ ਮਰਿਆ ਪਿਆ ਤੁਸੀਂ ਉਹਦੇ ਨਾਂ ਤੇ ਵੀ ਜੋ ਵੀ ਤੁਸੀਂ ਕਰਦੇ ਆ ਪ੍ਰਮਾਤਮਾ ਦਾ ਦੇਖਦਾ ਹੀ ਆ ਅਸੀਂ ਗੱਲ ਦਾ ਸਾਫ 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 ਦਾ ਵਿੱਚ ਇਹ ਗੱਲ ਕਹਿਣੀ ចਣੇ ਆ ਸਰਕਾਰ ਨੂੰ ਵੀ ਤੇ ਪੁਲਿਸ ਨੂੰ ਅਗਰ ਇਹਨਾਂ ਨੇ ਐਫ ਆਈ ਆਰ ਦਰਜ ਤਿੰਨਾਂ ਦੇ ਨਾਂ ਕੀਤੀ ਤਾਂ ਅਸੀਂ ਰੋਡ ਜਾਮ ਕਰਾਂਗੇ ਇਹਦੀ ਜਮ ਮਾਮਲਾ ਦਰਜ ਕਰਨ ਦੀ ਮੰਗ ਕਰ ਮੰਗੇ ਇਸ ਕਰਕੇ ਜਿਨ੍ਹਾਂ ਨੇ ਕੀਤਾ ਇੱਕ ਦਾ ਸੱਸ ਸਹੁਰਾ ਇੱਕ ਉਹਦਾ ਜਿਹੜਾ ਘਰ ਵਾਲਾ ਜਿਹਨੇ ਪ੍ਰੀਪਲਾਨ ਨਾ ਕਰਕੇ ਇਹ ਕੰਮ ਕੀਤਾ ਵਿਆਹ ਤਾਂ ਕਹਿ ਕੇ ਬਣਾਈ ਆ ਵਿਆਹ ਹੈ ਨਹੀਂ ਸੀ ਤੇ ਕੁੜੀ ਨੂੰ ਇਨੀ ਬੜੇ ਢਾਂ ਢੰਗ ਨਾਲ ਕਿਹਾ ਵੇ ਇੱਥੇ ਵਿਆਹ ਆ ਤੂੰ ਉੱਥੇ ਪਹੁੰਚ ਜਾ ਇਦਾਂ ਹੀ ਨਹੀਂ ਪਹਿਲਾਂ ਤਿਆਰੀ ਕੀਤੀ ਹੋ ਸੀ ਪੁਲਿਸ ਉਹਨਾਂ ਨੂੰ ਚੱਕ ਕੇ ਸੀ ਆਈ ਸਟਾਫ ਜਲਾਵੇ ਆਪੇ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਆ ਜਾਣਾ ਸਾਡਾ ਬਿਲਕੁਲ ਅਸੀਂ ਕੋਈ 174 ਦੀ ਨਹੀਂ ਕੋਈ ਡਾਕਟਰੀ ਰਿਪੋਰਟ ਨਹੀਂ 101% ਕਾਤਲ ਸਾਡੇ ਸਾਹਮਣੇ ਆ ਪੁਲਿਸ ਉਹਨਾਂ ਨੂੰ ਲੁਕੋ ਰਹੀ ਆ ਤੁਸੀਂ ਪੁਲਿਸ ਵਾਲਿਆਂ ਨੂੰ ਪੁੱਛੋ ਵੀ 6 ਦਿਨ ਹੋ ਗਏ ਇਹਨਾਂ ਦੇ ਬਿਆਨ ਕਿਉਂ ਨਹੀਂ ਲਾਏ ਐਸਐਚਓ ਸਾਹਿਬ ਨੂੰ ਪੁੱਛੋ ਨਾ ਵੀ ਅੱਜ ਬਿਆਨ ਕਿਉਂ ਨਹੀਂ ਲਾਏ ਉਹ ਦਰਦਰ ਧੱਕੇ ਖਾਂਦੇ ਆ ਇਹ ਪੁਲਿਸ ਵਾਲਾ ਕਹੀ ਜਾਂਦਾ ਤੂੰ ਬਿਆਨ ਇਹਨਾਂ ਨੂੰ ਵਿਚਾਰਿਆਂ ਨੂੰ ਕਦੀ ਡੀਐਸਪੀ ਕੋ ਤੋੜ ਦਿੰਦੇ ਆ ਕਦੀ ਸਾਹਿਬ ਐਸਐਸਪੀ ਕੋ ਤੋੜ ਦਿੰਦੇ ਆ ਕਦੀ ਥਾਣੇਦਾਰ ਕੋ ਕਿ ਐਨਾ ਹੀ ਮਾੜਾ ਹਾਲ ਹੋ ਗਿਆ ਕੁੜੀਆਂ ਦਾ ਕੌਣ ਇੱਥੇ ਐਨ ਆਰ ਆਈ ਆਊਗਾ ਕੌਣ ਇੱਥੇ ਪੈਸੇ ਲਾਊਗਾ ਸਾਡਾ ਜਿਹੜਾ ਪੰਜਾਬ ਆ ਕਿੱਦਾਂ ਡਿਵੈਲਪ ਕਰੂਗਾ ਅੱਜ ਜੇ ਸਾਡੀ ਇਕਨੋਮੀ ਖੜੀ ਆ ਸਾਡੇ ਐਨ ਆਰ ਆਈ ਭਰਾਵਾਂ ਦੇ ਸਿਰ ਤੇ ਖੜੀ ਆ ਸਾਡੇ ਐਨ ਆਰ ਆਈ ਭਰਾ ਇੱਧਰ ਆ ਕੇ ਇਨਵੈਸਟ ਕਰਦੇ ਪੈਸੇ ਤਾਂ ਸਾਡਾ ਜਿਹੜਾ ਯੂਥ ਆ ਉਥੇ ਨੌਕਰੀਆਂ ਕਰਦਾ ਕਿਸੇ ਨੇ ਪੈਸੇ ਨਹੀਂ ਲੈਣੇ ਮੈਂ ਭਗਵੰਤ ਮਾਨ ਸਰਕਾਰ ਤੋਂ ਇਹ ਬੇਨਤੀ ਕਰਦਾ ਵੀ ਭਾਈ ਇਹਨਾਂ ਨੂੰ ਨੱਥ ਪਾ ਜਿਹੜੇ ਖੁੱਲੇ ਛੱਡਿਓ ਆ ਸਾਨੂੰ ਇਹਨਾਂ ਤੇ ਕਾਰਵਾਈ ਕਰ ਇਹਨਾਂ ਤੇ ਇਹਨਾਂ ਤੇ ਕਾਰਵਾਈ ਕਰੋ ਨਾ ਵੀ ਕੁੜੀ ਦਾ ਮਰਡਰ ਹੋਇਆ ਅੱਜ ਤੱਕ ਜੇ ਨਾ ਕੀਤੀ ਤਾਂ ਅਸੀਂ ਹਾਈ ਮਾਨ ਕੋਰਟ ਹਾਈ ਕੋਰਟ ਦੇ ਵਿੱਚ ਜਾ ਕੇ ਪੂਰਾ ਇਹਦੇ ਮਾਨਯੋਗ ਜਿਹੜਾ ਐਸ ਐਚਓ ਦਾ ਡੀ ਐਸ ਵੀ ਦੇ ਖਿਲਾਫ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਮਾਨਯੋਗ ਜੱਜ ਦੇ ਕੋਲ ਇਸ ਕਰਕੇ ਅਸੀਂ ਬੈਠਣਾ ਨਹੀਂ ਹੁਣ ਐਫ ਆਈ ਆਰ ਕਰਾ ਕੇ ਇਹਨਾਂ ਦੀ ਭਾਗੀ ਕਾਰਵਾਈ ਵੀ ਕਰਾਣੀ ਆ ਸਾਡੀ ਕੋਈ ਸੁਣਵਾਈ ਨਹੀਂ ਨਾਲੇ ਤਾਂ ਮੇਰੀ ਕੁੜੀ ਮਾਰ ਦਿੱਤੀ ਨਾਲੇ ਸਾਰਾ ਕੁਝ ਆਪੇ ਕਰ ਲਿਆ ਸਹੁਰਿਆਂ ਨੇ ਤੇ ਨਾ ਕੋਈ ਕੁੜੀ ਦਾ ਕੋਈ ਇਹਨਾਂ ਨੇ ਮੋਕਾ ਚੈੱਕ ਕੀਤਾ ਕਿੱਦਾਂ ਕੁੜੀ ਮੁੱਕੀ ਆ ਕਿੱਦਾਂ ਨਹੀਂ ਕੋਈ ਉਹਦਾ ਪ੍ਰੂਫ ਨਹੀਂ ਦੇਖਿਆ ਕੋਈ ਉਹਦਾ ਪਾਸਪੋਰਟ ਨਹੀਂ ਚੈੱਕ ਕੀਤਾ ਸਾਡੀ ਇਜਾਜ਼ਤ ਤੋਂ ਵਗੇਰੇ ਉਹਦਾ ਪੋਸਟਮਾਰਟਮ ਹੋ ਗਿਆ ਉਹ ਵੀ ਅਨਲਿਗਲ ਨਾ ਹੋਇਆ ਪੈਸੇ ਦੇ ਕੇ ਹੋਇਆ ਆ ਪੈਸੇ ਦੇ ਕੇ ਸਾਰਾ ਕੁਝ ਕਰਾਇਆ ਗਿਆ ਆ ਅਸੀਂ ਇਸ ਪੋਸਟਮਾਰਟਮ ਨੂੰ ਮੰਨਦੇ ਨਹੀਂ ਅਸੀਂ ਬਹੁਤ ਤੰਗ ਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਅਸੀਂ ਇਸ ਪੰਜਾਬ ਤੋਂ ਬਹੁਤ ਤੰਗ ਆ ਅਸੀਂ ਪੰਜਾਬ ਦੇ ਵਿੱਚ ਹੁਣ ਕਦੇ ਵੀ ਕਦੀ ਵੀ ਨਾ ਆਵਾਂਗੇ ਨਾ ਨੇ ਆਣਾ ਆਪਣਾ ਭੇਜਾਂਗੇ ਦੁਬਾਰਾ ਪੋਸਟਮਾਰਟਮ ਦੀ ਮੰਗ ਕਰਦੇ ਹਾਂ ਦੁਬਾਰਾ ਅਸੀਂ ਕਰਦੇ ਹਾਂ ਅਸੀਂ ਆਪ ਕਰਾਉਣਾ ਦੁਬਾਰਾ ਪੋਸਟਮਾਰਟਮ ਦੁਬਾਰਾ ਕਰਾਉਣਾ ਸੀ ਸਾਰਾ ਕੁਝ ਸਾਨੂੰ ਇਹਨਾਂ ਤੇ ਯਕੀਨ ਨਹੀਂ ਹੈਗਾ ਕਿੰਨੇ ਚਿਰ ਵਿਲੋ ਵਿਆਹ ਹੋਇਆ ਤੇ ਮਤਲਬ ਕੀ ਰਿਲੇਸ਼ਨਸ਼ਿਪ ਕਿਦਾਂ ਚੱਲ ਰਿਹਾ ਸੀ ਉਹਨਾਂ ਦਾ ਆਪਸ ਵਿਆਹ ਹੋਇਆ ਸੀ ਉਹਦਾ 10 ਤਰੀਕ 12ਵਾਂ ਮਹੀਨਾ 2016 16 ਦੇ ਵਿੱਚ ਵਿਆਹ ਹੋਇਆ ਸੀ ਪਹਿਲਾਂ ਠੀਕ ਸੀ ਬਹੁਤ ਵਧੀਆ ਸੀਗੇ ਪਿਛਲੇ ਸਾਲ ਉਹ ਆਈ ਸੀ ਆਪਣੇ ਬ੍ਰਦਰ ਦੇ ਵਿਆਹ ਤੇ ਚਾਚੇ ਦੇ ਮੁੰਡੇ ਦੇ ਵਿਆਹ ਤੇ ਉਦੋਂ ਬਾਅਦ ਚ ਜਾ ਕੇ ਪਰੌਣਾ ਬਹੁਤ ਉਹਨੂੰ ਪਰੇਸ਼ਾਨ ਕਰਨ ਲੱਪਿਆ ਐਵਰੀ ਟਾਈਮ ਟੌਰਚਰ ਕਰਨ ਲੱਪਿਆ ਉਹਨੂੰ ਕਹਿਣ ਲੱਪਿਆ ਮੈਨੂੰ ਡਿਵੋਰਸ ਦੇ ਦੇ ਤੂੰ ਮੇਰੇ ਕੋ ਮੁੰਡਾ ਛੱਡ ਜਾ ਤੂੰ ਚਲੇ ਜਾ ਘਰ ਮੁੰਡੇ ਦੇ ਨਾਂ ਕਰਾ ਜਾ ਪ੍ਰਾਪਰਟੀ ਸਾਰੀ ਮੁੰਡੇ ਦੇ ਨਾਂ ਕਰਾ ਜਾ ਐਸ ਐਨਾ ਗੱਲਾਂ ਤੂੰ ਇੱਥੇ ਤੇ ਗੱਲ ਪਹੁੰਚ ਗਈ ਤੇ ਕੁੜੀ ਸਾਡੀ ਉਹਨਾਂ ਨੇ ਮਾਰ ਦਿੱਤੀ ਪ੍ਰਾਪਰਟੀ ਦੀ ਖਾਤਰ ਮਾਰੀ ਹੈ ਸ਼ੰਕਾ ਕਿੱਦਾਂ ਉਤਪਨ ਹੁੰਦੀ ਆ ਕਿ ਵਾਕੇ ਉਹਦਾ ਮਰਡਰ ਹੋਇਆ ਸ਼ੰਕਾ ਉਹਦੇ ਸਾਨੂੰ ਫੇਸ ਤੋਂ ਹੁੰਦੀ ਆ ਛਰੇ ਆਮ ਫੇਸ ਤੋਂ ਹੁੰਦੀ ਆ ਸਾਨੂੰ ਫੋਟੋ ਪਾਈ ਆ ਨਹੀਂ ਅਸੀਂ ਜਦ ਸਾਡੇ ਘਰ ਦੇ ਗਏ ਆ ਉਹਨਾਂ ਨੇ ਫੋਟੋ ਖੱਚ ਲਈ ਆ ਸਾਡੇ ਕੋਲ ਫੋਟੋ ਆ ਫੋਟੋ ਤੋਂ ਸਾਨੂੰ ਹੁੰਦੀ ਆ ਨਾਲੇ ਪਹਿਲਾਂ ਵੀ ਲੜਾਈ ਝਗੜਾ ਚੱਲਦਾ ਸੀ ਕਰਕੇ ਅਸੀਂ ਸ਼ੋਰ ਰਿਆਂ ਵੀ ਸਾਡੀ ਕੁੜੀ ਦਾ ਉਹਨਾਂ ਨੇ ਮਰਡਲ ਕੀਤਾ ਮੰਗ ਕੀ ਕਰਦੇ ਹੋ ਮੰਗ ਅਸੀਂ ਇਨਸਾਫ ਦੀ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਪਰਚਾ ਹੋਣਾ ਚਾਹੀਦਾ ਇਹ ਅੰਦਰ ਜੇਲ੍ਹ ਚ ਜਾਣੇ ਚਾਹੀਦੇ ਉਮਰ ਕੈਦ ਹੋਣੀ ਚਾਹੀਦੀ ਆ ਮੁੰਡੇ ਨੂੰ ਵੀ ਮੁੰਡੇ ਦੇ ਮਾਂ ਬਾਪ ਨੂੰ